ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਬੈਕ ਟੂ PSL ਬੁੱਕ 3A ਲੈਸਨ 15.1 ਪੰਜਾਬੀ ਕੱਪੜੇ, ਐਂਡ ਵੀ ਆਰ ਔਨ ਪੇਜ 55। ਇਨ ਦਾ ਪ੍ਰੀਵੀਅਸ ਸੈਕਸ਼ਨ ਵੀ ਜਸਟ ਡਿਡ ਵੋਕੈਬਲਰੀ ਪਾਰਟ, ਐਂਡ ਨਾਓ ਔਨ ਦਿਸ ਵਨ ਵੀ ਆਰ ਗੋਇੰਗ ਟੂ ਗੋ ਹੈਡ ਐਂਡ ਰੀਡ। ਸੋ ਵੀ ਵਿਲ ਡੂ ਐਟ ਲੀਸਟ 2 ਰੀਡਿੰਗਸ। ਯੂ ਵਿਲ ਲਿਸਨ ਟੂ ਮੀ ਫਸਟ, ਆਈ ਵਿਲ ਰੀਡ ਦਾ ਹੋਲ ਲੈਸਨ। ਆਈ ਵਾਂਟ ਯੂ ਟੂ ਹੀਅਰ ਹਾਊ ਟੂ ਰੀਡ ਪੰਜਾਬੀ, ਹਾਊ ਟੂ ਸਟਾਪ ਐਟ ਕਾਮਾ, ਹਾਊ ਟੂ ਸਟਾਪ ਐਟ ਏ ਡੰਡੀ ਵਿਚ ਇਜ਼ ਏ ਪੀਰੀਅਡ, ਐਂਡ ਹਾਓ ਦ ਫਲੂਐਂਟ ਰੀਡਿੰਗ ਸਾਊਂਡਸ ਲਾਈਕ, ਐਂਡ ਦੈਨ ਯੂ ਕੈਨ ਰੀਡ ਵਿਦ ਮੀ ਔਰ ਯੂ ਕੈਨ ਰੀਡ ਆਫਟਰ ਮੀ, ਐਂਡ ਲੇਟਰ ਔਨ ਯੂ ਵਿਲ ਰੀਡ ਇਟ ਅਗੈਨ ਬਾਈ ਯੂਰ ਸੈਲਫ, ਐਂਡ ਯੂ ਵਿਲ ਐਂਸਰ ਸਮ ਕੁਐਸਚਨਸ। ਸਾਊਂਡਸ ਗੁੱਡ? Okay, let's get started. Punjabi kapde. We already learned the vocabulary and we will read all of these words in this lesson. Punjabi kapdeyan diyan kismaan. Punjabi log bahut tarah de kapde paunde han. Kai aurtaan ate kudiyan salwar kameez paundiyan han te kai kameez pajami. Turn page. ਕਈ ਆਦਮੀ ਕਾਲਰ ਵਾਲੀ ਕਮੀਜ਼ ਦੇ ਨਾਲ ਪੈਂਟ ਪਾਉਂਦੇ ਹਨ ਤੇ ਕਈ ਆਦਮੀ ਕੁੜਤਾ ਪਜਾਮਾ ਤੇ ਨਾਲ ਪੱਗ। ਕਈ ਮੁੰਡੇ ਟੀ-ਸ਼ਰਟ ਤੇ ਨਿੱਕਰ ਪਾਉਂਦੇ ਹਨ ਤੇ ਕਈ ਮੁੰਡੇ ਜੀਨ ਜਾਂ ਪੈਂਟ। ਪੈਂਟ ਕਈ ਤਰ੍ਹਾਂ ਦੀ ਹੁੰਦੀ ਹੈ, ਡਰੈਸ ਪੈਂਟ, ਖਾਕੀ ਪੈਂਟ ਅਤੇ ਜੀਨ। ਕਈ ਮੁੰਡੇ ਸਿਰ ਤੇ ਪਟਕਾ ਪਾਉਂਦੇ ਹਨ ਤੇ ਕਈ ਦੁਮਾਲਾ ਤੇ ਕਈ ਪੱਗ। ਦੁਮਾਲਾ ਗੋਲ ਪੱਗ ਹੁੰਦੀ ਹੈ। ਕਈ ਲੋਕ ਤਸਮੇ ਵਾਲੇ ਬੂਟ ਪਾਉਂਦੇ ਹਨ ਤੇ ਕਈ ਸੈਂਡਲ ਤੇ ਕਈ ਪੰਜਾਬੀ ਜੁੱਤੀ। ਬਜ਼ੁਰਗ ਲੋਕ ਸਾਦੇ ਤੇ ਹਲਕੇ ਰੰਗਾਂ ਦੇ ਕੱਪੜੇ ਪਾਉਂਦੇ ਹਨ। ਘਰ, ਦਫ਼ਤਰ, ਸਕੂਲ ਅਤੇ ਗੁਰਦੁਆਰੇ ਦੇ ਕੱਪੜੇ ਸਾਦੇ ਹੁੰਦੇ ਹਨ। ਪਾਰਟੀਆਂ ਜਾਂ ਵਿਆਹਾਂ 'ਤੇ ਪਾਉਣ ਲਈ ਫੈਂਸੀ ਅਤੇ ਗੂੜੇ ਰੰਗ ਬਿਰੰਗੇ ਕੱਪੜੇ ਹੁੰਦੇ ਹਨ। ਕੁੜੀਆਂ, ਮੁੰਡੇ, ਜਵਾਨ ਆਦਮੀ, ਔਰਤਾਂ ਅਤੇ ਬਜ਼ੁਰਗ ਲੋਕ ਸਭ ਵੱਖਰੀ ਤਰ੍ਹਾਂ ਦੇ ਕੱਪੜੇ ਪਾਉਂਦੇ ਹਨ। There are total of only 145 words in this whole reading that we just did. Okay, so easy. So, kisi na jyada hard ta nahi. Hun tusi mere piche padoge. Theek hai? Bolo. Tusi suno te fir tusi bolo. Punjabi kapdiyan diyan kisma. Punjabi log bahut tarah de kapde paunde han. Kai aurtaan ate kudiyan ਸਲਵਾਰ ਕਮੀਜ਼ ਪਾਉਂਦੀਆਂ ਹਨ ਤੇ ਕਈ ਕਮੀਜ਼ ਪਜਾਮੀ। ਕਈ ਆਦਮੀ ਕਾਲਰ ਵਾਲੀ ਕਮੀਜ਼ ਦੇ ਨਾਲ ਪੈਂਟ ਪਾਉਂਦੇ ਹਨ ਤੇ ਕਈ ਆਦਮੀ ਕੁੜਤਾ ਪਜਾਮਾ ਤੇ ਨਾਲ ਪੱਗ। ਕਈ ਮੁੰਡੇ ਟੀ-ਸ਼ਰਟ ਤੇ ਨਿੱਕਰ ਪਾਉਂਦੇ ਹਨ ਤੇ ਕਈ ਮੁੰਡੇ ਜੀਨ ਜਾਂ ਪੈਂਟ। ਪੈਂਟ ਕਈ ਤਰ੍ਹਾਂ ਦੀ ਹੁੰਦੀ ਹੈ, ਡਰੈਸ ਪੈਂਟ, ਖਾਕੀ ਪੈਂਟ ਅਤੇ ਜੀਨ। ਕਈ ਮੁੰਡੇ ਸਿਰ ਤੇ ਪਟਕਾ ਪਾਉਂਦੇ ਹਨ ਤੇ ਕਈ ਦੁਮਾਲਾ ਤੇ ਕਈ ਪੱਗ। ਦੁਮਾਲਾ ਗੋਲ ਪੱਗ ਹੁੰਦੀ ਹੈ। ਕਈ ਲੋਕ ਤਸਮੇ ਵਾਲੇ ਬੂਟ ਪਾਉਂਦੇ ਹਨ ਤੇ ਕਈ ਸੈਂਡਲ ਤੇ ਕਈ ਪੰਜਾਬੀ ਜੁੱਤੀ। ਬਜ਼ੁਰਗ ਲੋਕ ਸਾਦੇ ਤੇ ਹਲਕੇ ਰੰਗਾਂ ਦੇ ਕੱਪੜੇ ਪਾਉਂਦੇ ਹਨ। ਘਰ, ਦਫ਼ਤਰ, ਸਕੂਲ ਅਤੇ ਗੁਰਦੁਆਰੇ ਦੇ ਕੱਪੜੇ ਸਾਦੇ ਹੁੰਦੇ ਹਨ। ਪਾਰਟੀਆਂ ਜਾਂ ਵਿਆਹਾਂ 'ਤੇ ਪਾਉਣ ਲਈ ਫੈਂਸੀ ਅਤੇ ਗੂੜੇ ਰੰਗ ਬਿਰੰਗੇ ਕੱਪੜੇ ਹੁੰਦੇ ਹਨ। ਕੁੜੀਆਂ, ਮੁੰਡੇ, ਜਵਾਨ ਆਦਮੀ, ਔਰਤਾਂ ਤੇ ਬਜ਼ੁਰਗ ਲੋਕ ਸਭ ਵੱਖਰੀ ਤਰ੍ਹਾਂ ਦੇ ਕੱਪੜੇ ਪਾਉਂਦੇ ਹਨ। ਸੋ ਇਸ ਤਰ੍ਹਾਂ ਅਸੀਂ ਸਾਰਾ ਪਾਠ ਪੜ੍ਹ ਲਿਆ ਹੈ ਤੇ ਹੁਣ ਅਸੀਂ ਇਸ ਪਾਠ ਦੇ ਵਿੱਚੋਂ
ਕੁਐਸਚਨ ਆਨਸਰ ਕਰਾਂਗੇ ਨੈਕਸਟ ਸੈਕਸ਼ਨ ਵਿੱਚ।